ਵੈਲਕਮ ਬੈਕ ਟੂ ਆਰ ਚੈਨਲ ਤੇ ਅਸੀਂ ਹੁਣ ਜਾ ਰਹੇ ਹਾਂ ਨੋਰੀਨ ਨੂੰ ਸਕੂਲ ਛੱਡਣ ਨੋਰੀਨ ਸੇ ਹਾਏ ਯਾਰ ਕੈਮਰਾ ਨਾ ਮੇਰੇ ਮੂੰਹ ਤੋਂ ਥੋੜਾ ਜਿਹਾ ਦੂਰ ਰੱਖੀ ਮੇਰਾ ਮੂੰਹ ਐਡਾ ਵੱਡਾ ਹੈ ਨਹੀਂ ਜਿੰਨਾ ਵੱਡਾ ਤਾਂ ਕੈਮਰਾ ਮਾਰ ਮਾਰ ਕੇ ਕਰ ਦਿੰਦੀ ਹੈ ਮੈਂ ਤੁਹਾਡੇ ਨਾਲੋਂ ਕਲੋਜ਼ ਮੇਰਾ ਮੂੰਹ ਆ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਮੈਂ ਮੈਨੂੰ ਦੀਦੀ ਨੇ ਸੁੱਤੇ ਜਗਾਇਆ ਕਹਿੰਦੇ ਨਹੀਂ ਤੇਰੇ ਬਿਨਾਂ ਨਾ ਮੇਰਾ ਦਿਲ ਨਹੀਂ ਲੱਗਦਾ ਆਪਾਂ ਗੱਡੀ 'ਚ ਵੀ ਇਕੱਠੇ ਜਾਵਾਂਗੇ ਗੱਡੀ ਕਾਰ ਆਈ ਮੀਨ ਆਸਟ੍ਰੇਲੀਆ ਆਜ਼ੀ 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 ਸ਼ੁਰੂ ਨਹੀਂ ਹੋਈ ਵੀਡੀਓ ਨਾ ਅਸੀਂ ਇਕੱਠੇ ਹੋਏ ਨਹੀਂ ਮੈਂ ਇੱਕ ਨਵਾਂ ਵਰਡ ਸਿੱਖਿਆ ਓਲਡੀਜ਼ ਆਸਟ੍ਰੇਲੀਆ 'ਚ ਇੱਕ ਨਵਾਂ ਵਰਡ ਆਇਆ ਓਲਡੀਜ਼ ਟੂ ਆਲ ਪੀਪਲ ਦੇ ਸੇ ਓਲਡੀਜ਼ ਟੂ ਲਿਪਸਟਿਕ ਦੇ ਸੇ ਲਿਪੀ ਨੋਰੀਨ ਦੇ ਸਕੂਲ ਨੋਰੀਨ ਨੂੰ ਡ੍ਰੌਪ ਕਰਨਾ ਆਪਾਂ ਮੈਂ ਹੈਗੀ ਹਾਂ ਪੀਪਲੇਟ ਮੈਂ ਦੀਦੀ ਨੇ ਬਹੁਤ ਦੇਖ ਦੇਖ ਕੇ ਕਾਰ ਲਾਈ ਹੈ ਕਿ ਕਿਹੜੀ ਖਾਲੀ ਸਪੋਟ ਹੈ ਅਸੀਂ ਉੱਥੇ ਉੱਥੇ ਕਾਰ ਲਾਣੀ ਹੈ ਬਸ ਅਸੀਂ ਖਾਲੀ ਜਗ੍ਹਾ ਦੇਖ ਕੇ ਪਾਰਕਿੰਗ ਲਾਤੀ ਹੈ ਇੱਥੇ ਲਾਣੀ ਵੀ ਰਿਵਰਸ ਪੈਂਦੀ ਹੈ ਮੈਨੂੰ ਤਾਂ ਆਉਂਦੀ ਕੋਈ ਨਹੀਂ ਅੱਗੇ ਪਿੱਛੇ ਅੱਗੇ ਪਿੱਛੇ ਅੱਗੇ ਪਿੱਛੇ ਅੱਗੇ ਪਿੱਛੇ ਕਰਨੀ ਪੈਂਦੀ ਹੈ ਚੱਲ ਕੋਈ ਗੱਲ ਨਹੀਂ ਫਾਈਨਲੀ ਲੱਗ ਗਈ ਆਪਣੀ ਕਾਰ ਆਪਾਂ ਆ ਗਏ ਸਕੂਲ ਯਾਰ ਇਹ ਸਕੂਲ ਆ ਕੇ ਨਾ ਸਕੂਲ ਵਾਲੀ ਫੀਲਿੰਗ ਘੱਟ ਆਉਂਦੀ ਹੈ ਐ ਲੱਗਦਾ ਕਿਸੇ ਹਿਲ ਸਟੇਸ਼ਨ ਹੋਵੇ ਸੀਰੀਅਸਲੀ ਇੰਨਾ ਜ਼ਿਆਦਾ ਹਾਈ ਹੈ ਇੰਡੀਆ ਵਾਂਗੂ ਕੋਈ ਵੱਡਾ ਜਿਹਾ ਗੇਟ ਹੈ ਨਾ ਇੱਥੇ ਚੌਂਕੀਦਾਰ ਖੜਿਆ ਹੁੰਦਾ ਐਗਜ਼ੈਕਟਲੀ ਖੁੱਲਾ ਖੁੱਲਾ ਸਕੂਲ ਹੈ ਦਿਖਾਉਂਦੇ ਆ ਅਸੀਂ ਤੁਹਾਨੂੰ ਸਕੂਲ ਦਾ ਵਿਊ ਅਸੀਂ ਸਾਡੇ ਤਾਂ ਕਾਲਜ ਵੀ ਏਡਾ ਵੱਡਾ ਗੇਟ ਹੁੰਦਾ ਸੀਗਾ ਤੇ ਉੱਥੇ ਚੌਂਕੀਦਾਰ ਖੜਿਆ ਹੁੰਦਾ ਸੀਗਾ ਐਗਜ਼ੈਕਟਲੀ ਉਹ ਨਾ ਇੱਥੇ ਸਕੂਲਾਂ 'ਚ ਵੀ ਨਹੀਂ ਹੈਗਾ ਇਹਨਾਂ ਨੇ ਤਾਂ ਪੀਯੂ ਬਣਾਇਆ ਹੋਇਆ ਸਾਰਾ ਓਪਨ ਹੈ ਓ ਸਹੀ ਗੱਲ ਹੈ ਨੋਰੀਨ ਆਰ ਯੂ ਹੈਪੀ ਰਿਕਸ਼ਾ ਤੇ ਮੈਂ ਠੀਕ ਹੋ ਗਈ ਨਾ ਮੈਂ ਜਾਣ ਲੱਗੀ ਮੈਨੂੰ ਥੋੜੀ ਜਿਹੀ ਸੋਝੇ ਆ ਗਈ ਫਿਰ ਨਾ ਬਿੱਲੋ ਰਿਕਸ਼ੇ ਤੋਂ ਛਾਲ ਮਾਰ ਦਿੰਦੀ ਰੋਲਾ ਪਾ ਦਿੰਦੀ ਸੀਗੀ ਮੈਂ ਆਪਣਾ ਰਿਪੋਰਟ ਕਾਰਡ ਕੀਤਾ ਸੀਗਾ ਜਦੋਂ ਓ ਮਾਈ ਗੋਡ ਸੋ ਰਿਪੋਰਟ ਕਾਰਡ ਮੇਰੇ ਡੈਡੀ ਕਹਿੰਦੇ ਸਾਈਨ ਕਰ ਦਿਓ ਮੈਨੂੰ ਇੰਨੀ ਕੁੱਟ ਪਈ ਬਹੁਤ ਕਿੰਨੇ ਅੱਛੇ ਮੈਮਰੀਜ਼ ਹੁੰਦੀਆਂ ਨਾ ਛੋਟੇ ਹੁੰਦਿਆਂ ਦੀਆਂ ਡਰਾਵਨੀਆਂ ਮੈਮਰੀਜ਼ ਹੁੰਦੀਆਂ ਸਕੂਲ ਦੀਆਂ ਤਾਂ ਯਾਰ ਬਾਹਰ ਬਹੁਤ ਜ਼ਿਆਦਾ ਠੰਡ ਹੈ ਲਾਈਕ ਇਟਸ ਫ੍ਰੀਜ਼ਿੰਗ ਹਾਏ ਮੇਰਾ ਨਹੀਂ ਮਨ ਕਰ ਰਿਹਾ ਜਾ ਆ ਜਾ ਪਲੀਜ਼ ਨਹੀਂ ਪਲੀਜ਼ ਜਾ ਰਹੀ ਹਾਂ ਮੈਂ ਹਾਏ ਠੰਡ ਹੁਣ ਆਪਾਂ ਗਾਣੇ ਗੂਣੇ ਲਾਵਾਂਗੇ ਥੋੜੇ 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 ਗਾਣੇ ਗੂਣੇ ਲਾਵਾਂਗੇ ਸਟਾਰਟ ਹੀ ਨਹੀਂ ਹੋਇਆ ਬਾਏ ਕਰਦਾ ਇਹਨਾਂ ਨੂੰ ਬਾਏ ਕਰਦੇ ਆ ਉਹ ਸਮਟਾਈਮਸ ਬਾਏ ਮੇਰੀ ਸੋਹਣੀਏ ਮੇਰੀ ਸੋਹਣੀਏ ਮੈਂ ਕਹਿ ਕੇ ਪੀਊਂਗੀ
ਸਾਨੂੰ ਵਧੀਆ ਲੱਗਦਾ ਸਵੇਰੇ ਸਵੇਰੇ ਮੈਨੂੰ ਨਹੀਂ ਵਧੀਆ ਲੱਗਦਾ ਪਰ ਮੈਂ ਮੈਨੂੰ ਲੱਗਦਾ ਡਿਟੌਕਸੀਫਾਈ ਹੋ ਗਿਆ ਓਹ ਵਾਓ ਬਿਗ ਵਰਡ ਮੱਖਣ ਲਾ ਕੇ ਖਾਸਾ ਜਾ ਨਾਲ ਇੱਕ ਚਾਹ ਦਾ ਕੱਪ ਪਰ ਫਿਰ ਮੈਂ ਕਹਿੰਦੀ ਹਾਂ ਨਹੀਂ ਤੂੰ ਲੈਮਨ ਵਾਟਰ ਹੀ ਪੀ ਲਾ ਹਨੀ ਲੁੱਕ ਐਟ ਦਿਸ ਫੇਸ ਲੁੱਕ ਐਟ ਦੀਸ ਆਲੂਸ ਟੂ ਆਲੂਸ ਫਿਰ ਮੈਂ ਸੋਚਦੀ ਫਿਰ ਮੈਂ ਆਪਣੀ ਗੱਲਾਂ ਦੇਖਦੀ ਹਾਂ ਫਿਰ ਮੈਂ ਸੋਚਦੀ ਹਾਂ ਨਹੀਂ ਮੈਂ ਹੋਰ ਪਤਲੇ ਹੋਣਾ ਹੈ ਨਹੀਂ ਵੈਸੇ ਮੈਨੂੰ ਆਲਰੇਡੀ ਤੁਸੀਂ ਇੰਨੇ ਪਤਲੇ ਆ ਹਾਂ ਦੇਖਿਆ ਸਾਰੇ ਕਹਿੰਦੇ ਆ ਮੈਂ ਪਤਲੀ ਪਰ ਮੈਂ ਤਾਂ ਪੀਂਦੀ ਆ ਵੀ ਮੈਂ ਮੋਟੀ ਨਾ ਹੋਵਾਂ ਇਹ ਕਿਆ ਸੋਚ ਕੇ ਬਣਾਇਆ ਇੱਥੇ ਕੀ ਚੀਜ਼ ਹੈ ਦੀਦੀ ਬਸ ਉਹਦੇ ਕੁਛ ਕਰਨਾ ਜਿਹਾ ਸੀਗਾ ਇਹਨੇ ਆਹ ਕਰਤਾ ਹੁਣ ਕਹਿੰਦੇ ਕੁਛ ਨਾ ਨਾਲੋ ਇਹੋ ਜਿਹਾ ਕੁਛ ਹੋਇਆ ਬਈ ਬੈਟਰ ਹੈ ਨਹੀਂ ਸੀਰੀਅਸਲੀ ਨਾ ਬੰਦਾ ਕਿਆ ਸੋਚ ਕੇ ਕਰਿਆ ਇਹਨਾਂ ਨੇ ਇਹ ਕਹਿੰਦੇ ਇੱਥੇ ਖਾਣਾ ਲੱਗੂਗਾ ਕਿਹਦਾ ਇੱਥੇ ਗਾਣੇ ਗੁਣੇ ਗਾਏ ਜਾਣਗੇ ਮੇਰੇ ਮੂੰਹ ਤੇ ਪੈ ਰਹੀ ਹੈ ਐਵਰੀ ਟਾਈਮ ਮੈਂ ਹੀ ਕੈਮਰਾ ਫੜਿਆ ਹੁੰਦਾ ਕਦੀ ਤੁਸੀਂ ਵੀ ਫੜੋ ਨਾ ਹੁਣ ਮੈਂ ਗੱਡੀ ਛੱਡ ਦਿੰਦੀ ਹਾਂ ਸਟੀਅਰਿੰਗ ਛੱਡ ਕੇ ਨਾ ਮੈਂ ਕੈਮਰਾ ਫੜ ਲੈਂਦੀ ਹਾਂ ਐਵਰੀ ਟਾਈਮ ਮੈਂ ਹੀ ਫੜਿਆ ਹੁੰਦਾ ਹੁਣ ਬਜਾ ਰਹੇ ਹਾਂ ਘਰ ਨੂੰ ਮੈਂ ਕਿਤੇ ਹੋਰ ਨੀ ਜਾਣਾ ਉੱਪਰ ਵਾਲੀ ਸਾਈਡ ਨੂੰ ਜਵਾ ਨੀ ਜਾਣਾ ਮੈਂ ਯਾਰ 10 ਮਿੰਟ ਹੋ ਗਿਆ ਲੱਟਾਂ ਤੇ ਖੜੇ ਖੜੇ ਮੈਨੂੰ ਲੱਗਦਾ ਲਾਲ ਲਾਈਟ ਤੇ ਜਾਮ ਹੋ ਗਿਆ ਉਹ ਗ੍ਰੀਨ ਹੋ ਹੀ ਨੀ ਰਹੀ ਆ ਹੋ ਗਈ ਗੱਡੀ ਨਸੀਬ ਹੋਈ ਹੈ ਮੈਨੂੰ ਚਲਾਉਣੀ ਆਪਾਂ ਘਰ ਆ ਗਏ ਵੀਡੀਓ ਦਾ ਬਣਾ ਲੈ ਕਿਹੜੀ ਵੀਡੀਓ ਪਹਿਲਾਂ ਇੱਕ ਚੀਜ਼ ਦੱਸੋ ਫੇਸਬੁੱਕ ਕਰਾ ਕੇ ਵੀਡੀਓ ਆਪਾਂ ਆ ਗਏ ਜੀ ਘਰ ਆ ਜਾਓ ਕਮਜ਼ੋਰੀ ਹੈ ਕੋਈ ਨੋ ਵੀਕਨੈਸ ਨਾਲ ਖਾਊਂਗੀ ਇੱਕ ਵੱਡਾ ਜਿਹਾ ਕੇਕ ਰਸ ਕਾਕ ਰਸ ਲੈਮਨ ਵਾਟਰ ਪੀਆ ਹੋਊਗਾ ਨਾ ਹੋ ਜਾਊਗਾ ਖੂਹ ਚ ਮੈਨੂੰ ਫੇਰ ਉਠਾ ਲਿਆ ਨੋਰਿਨ ਗੁੱਡ ਮਾਰਨਿੰਗ ਕਹਿ ਦੋ ਯਾਰ ਇਹ ਬਹੁਤ ਖਰਾਬ ਚੀਜ਼ ਹੈ ਕਿੰਨਾ ਸੱਚ ਬੋਲਦੇ ਆ ਨਾ ਬੱਚੇ ਓਕੇ
ਯਾਰ ਇਹ ਨਾ ਕੱਲ ਨੂੰ ਵੀ ਬਣੂਗੀ ਦੇਖੀ ਮੂੰਹ ਤੇ ਧੁੱਪਾਂ ਦੀ ਪੈ ਪੈ ਕਿੱਦਾਂ ਰੱਖਦੇ ਆ ਥੋੜਾ ਹੁਣ ਠੀਕ ਹੈ ਬਹੁਤ ਜ਼ਿਆਦਾ ਧੁੱਪ ਹੈ ਕਿੱਦਾਂ ਬਈ ਸਾਰੇ ਚਾਹ ਦੇ ਸਕੂਲ ਚੱਲੀਏ ਨੋਰੀ ਨੂੰ ਛੱਡ ਕੇ ਆਉਂਦੇ ਆ ਆਪਦੇ ਸਕੂਲ ਦੀਆਂ ਫੀਲਿੰਗਾਂ ਲੈ ਕੇ ਆਉਂਦੇ ਆ ਮੇਰੀ ਯੂਨੀ ਫਿਨਿਸ਼ ਹੋ ਗਈ ਹੈ ਬਟ ਮੈਨੂੰ ਨਹੀਂ ਲੱਗ ਰਿਹਾ ਮੇਰੀ ਯੂਨੀ ਫਿਨਿਸ਼ ਹੋ ਗਈ ਮੈਨੂੰ ਲੱਗ ਰਿਹਾ ਹਲੇ ਵੀ ਹੈ ਤੇ ਮੈਂ ਤਾਂ ਸਕੂਲ ਦੁਬਾਰਾ ਸ਼ੁਰੂ ਕਰਾਤਾ ਹੈ ਆਪਣੇ ਤੇ ਨੋਰੀ ਨਾਲ ਫਟ ਯਾਰ ਤੇਰਾ ਫੋਨ ਵੀ ਤਾਂ ਮੰਗਦਾ ਹੈ ਫਟ ਤੇਰੇ ਮੇਰੇ ਖੜੇ ਤੇ ਮਾਰੇ ਯਾਰ ਦੇਖੀ ਸਵੇਰੇ 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 ਰੱਬ ਦਾ ਨਾਮ ਲੈ ਨੋਰੀ ਨਾ ਸਵੇਰੇ ਸਵੇਰੇ ਰੱਬ ਦਾ ਨਾਮ ਲਈ ਤੂੰ ਕੀ ਸਾਡੇ ਤੇ ਨਾ ਜਾਈ ਬਸ ਯਾਦ ਨਹੀਂ ਜਾਣਾ ਰੱਬ ਦਾ ਨਾਮ ਲਈ ਦਾ ਸਵੇਰੇ ਸਵੇਰੇ ਸੌਂਗ ਨਹੀਂ ਗਾਈਦੇ ਹਲਦੀ ਦੀ ਫੋਟੋ ਖਿੱਚੀਏ ਹਾਂ ਖੜ ਜਾ ਕਰੋ ਮਾਡਲ ਬਣ ਕੇ ਕਦੀ ਆਪ ਵੀ ਫੜ ਲਿਆ ਕਰੋ ਫੋਨ ਹੈਗੀ ਨਾ ਮੇਰੇ ਕੋਲ ਕੈਮਰਾਮੈਨ ਵੈਸੇ ਵੀ ਵੀਡੀਓ ਹੈ ਹੁਣ ਆਪਾਂ ਜਾ ਰਹੇ ਹਾਂ ਵਾਪਿਸ ਘਰ ਨੋਈ ਨੂੰ ਡ੍ਰੌਪ ਕਰਕੇ ਅੱਜ ਤਾਂ ਮੈਂ ਹਰ ਹਾਲ 'ਚ ਆਪਣਾ ਲੈਮਨ ਵਾਟਰ ਪੀਣਾ ਹੈ ਇੱਕ ਦਿਨ ਸਕਿੱਪ ਵੱਜ ਗਿਆ ਰੋਜ਼ ਰੋਜ਼ ਨਹੀਂ ਨੋਟੰਕੀ ਚੱਲਣੀ ਸਕਿੱਪ ਨਹੀਂ ਇਹ ਜਾਣ ਕੇ ਛੱਡਿਆ ਗਿਆ ਗਾਲੀ ਬ੍ਰੈਡ ਨੂੰ ਖਾਣੀ ਸੀ ਚਾਹ ਨਾਲ ਨਾ ਨਾ ਅੱਜ ਤਾਂ ਮੈਂ ਅੱਜ ਪੱਕਾ ਫਿਲਮ ਦੇ ਜਾਣਾ ਮੈਂ ਕੱਲ੍ਹ ਦੇਖ ਲਓ ਮੇਰੀ ਦੋ ਛੁੱਟੀਆਂ ਬਰਬਾਦ ਕਰੀਆਂ ਇਹਨਾਂ ਨੇ ਮੈਂ ਸੋਣਾ ਸੀਗਾ 12 ਵਜੇ ਤੱਕ ਫਿਰ ਭੈਣਾਂ ਨੂੰ ਤਾਂ ਬਰਬਾਦ ਹੈ ਭੈਣਾਂ ਨੂੰ ਤੰਗ ਕਰਕੇ ਤਾਂ ਮਜ਼ਾ ਹੁੰਦਾ ਹੈ ਹਨਵੀ ਬਸ ਮੈਨੂੰ ਆਦਤ ਹੈ ਇੱਕ ਵਾਰ ਨੂੰ ਤਾਂ ਦੋ ਦੋ ਤਿੰਨ ਤਿੰਨ ਵਾਰ ਬੋਲਣ ਦੀ ਕਿਆ ਹੋ ਰਿਹਾ ਤੁਹਾਨੂੰ ਇਹਨਾਂ ਸਾਰਿਆਂ ਨੇ ਮੇਰੇ ਤੋਂ ਡਰਾਈਵ ਵੀ ਨਹੀਂ ਹੋ ਰਿਹਾ ਕਿਉਂ ਦੀਦੀ ਇਹਨਾਂ ਹੁਣੇ ਨਾ ਕੁਝ ਬਕਵਾਸ ਛੱਡੀ ਆ ਥੋੜੇ ਦਿਨ ਪਹਿਲਾਂ ਜੋ ਅਸੀਂ ਦੱਸ ਨਹੀਂ ਸਕਦੇ ਓਹੋ ਮੇਰਾ ਢਿੱਡੂ ਕੋਈ ਲੱਗ ਗਿਆ ਹੱਸ ਹੱਸ ਸਾਡੀ ਤਾਂ ਲਾਫਿੰਗ ਯੋਗਾ ਹੋ ਗਈ ਸਵੇਰ ਸਵੇਰ ਲੋਕੀ ਪਾਰਕਾਂ 'ਚ ਜਾ ਕੇ ਕਰਦੇ ਆ ਥੋੜੀ ਗਰਾਰੀ ਆ ਰਹੀ ਉਹੀ ਆ ਨਾ ਖਾੜੇ ਵਾਲਾ ਪੁਆਇੰਟ ਆ ਗਿਆ ਇਹ ਉਹੀ ਹੈ ਇਹ ਉਹੀ ਹੈ ਉਹੀ ਪੁਆਇੰਟ ਤੇ ਆ ਗਿਆ ਆਪਾਂ ਦੁਬਾਰਾ ਸਾਡੀ ਬਕਵਾਸ ਉੱਦਾਂ ਹੀ ਹੈ ਉਹ ਉੱਥੇ ਹੀ ਹੈ ਨਹੀਂ ਇੱਥੇ ਇਹਨਾਂ ਨੇ ਪਤਾ ਨਹੀਂ ਖਾੜਾ ਖੁੜਾ ਕਰ ਲੈਣਾ ਰੂਪੀ ਚਲ ਅਸੀਂ ਚੱਲਦੇ ਹਾਂ ਦੋ ਚਾਰ ਗੀਤ ਗਾ ਕੇ ਆ ਜਾਵਾਂਗੇ ਆ ਨਹੀਂ ਪਾ ਰਿਹਾ ਆਪਾਂ ਹੁਣੇ ਏਦਾਂ ਹੀ ਪਊਗਾ ਆ ਨਹੀਂ ਪਾ ਰਿਹਾ ਆਪਾਂ ਯਾਰ ਧੁੱਪ ਨੇ ਨਾ ਮੇਰਾ ਮੂੰਹ ਖਾ ਲਿਆ ਚਾਹ ਗਰਮ ਪੀਤੀ ਜਾਂਦੀ ਹੈ ਸਵਾਦ ਲੈ ਲੈ ਕੇ ਜਿਹੜੀ ਚੀਜ਼ ਹੈਲਦੀ ਆ ਉਹ ਅੰਦਰ ਨੀ ਜਾਂਦੀ ਇਹਨੂੰ ਸੁਣ ਕੇ So we are back. Kunja sim sim. Grad da shutter khul reha. Khul gaya. Neend aa rahi hai. End ch neend hi kade aundi hai. Budh ne bola mera sir dukhan lag gaya. ਜੂੜਾ ਹੋਵੇ ਤਾਂ ਦੀਦੀ ਵਰਗਾ ਮੇਰੇ ਤਾਂ ਕੁਛ ਵੀ ਨਹੀਂ ਹੈਗਾ ਜੀ ਇਹ ਤਾਂ ਦੇਖਿਓ ਤੁਸੀਂ ਝਾੜਾ ਦਿੰਦੀ ਆ ਮੈਂ ਚਲੋ ਹੁਣ ਆਪਾਂ ਸਾਰੇ ਜਣੇ ਜਾ ਕੇ ਮਿਲ ਕੇ ਪੀਨੇ ਆ ਸੜਿਆ ਹੋਇਆ ਹੋ ਲੈਮਨ ਵਾਟਰ ਚਲੋ ਮੈਂ ਨਹੀਂ ਪੀਣਾ ਇਹ ਖਾਊਗੀ ਪਰੌਂਠੇ ਨਹੀਂ ਨਹੀਂ ਇਹ ਖਾਊਗੀ ਰਾਜਮਾਂਹ ਚੌਲ ਰਤ ਬਣਾਏ ਸੀਗੇ ਮੈਂ ਹਾਂ ਇਹ ਮੇਰੇ ਫੇਵਰੇਟ ਚੌਲ ਲੈਟਸ ਗੋ ਰਾਈਸ ਵੀ ਨਹੀਂ ਰਾਜਮਾ ਚੌਲ ਤੁਸੀਂ ਖਾ ਲਿਓ ਮੈਂ ਰਾਈਸ ਖਾ ਲੂੰਗੀ ਬਣਾਓ ਫਿਰ ਮੇਰੇ ਲਈ ਕੋਈ ਸ਼ੇਕ ਆ ਦੇਖਿਆ ਇਹਦੇ ਨਾਲ ਹੀ ਕਟਾਈ ਕਰ ਦੂੰਗੀ ਅੱਜ ਚਮਚੀ ਛੁਰੀਆ ਜੀ ਤੋਂ ਨਹੀਂ ਡਰਦੀ ਮੈਂ ਅੱਛਾ ਮਨ ਤਾਂ ਬੜੀ ਦੋਸਤੀ ਹੁੰਦਾ ਮੈਂ ਤਾਂ ਮਾਰੂੰ ਤੇ ਟੀਚਰ ਪੁੱਠਾ ਹੱਥ ਕਰਕੇ ਚਮਚੇ ਡੰਡੇ ਮਾਰਦੇ ਸੀ ਡਾਈਨਿੰਗ ਟੇਬਲ ਤੇ ਕਿੰਨਾ ਗਾਹ ਪਿਆ ਪਿੱਛੇ ਬਹੁਤ ਸਵਾਦ ਹੈ ਪੀ ਕੇ ਦੇਖਣਾ ਮੇਰੇ ਵਾਲਾ ਮੈਂ ਇਹ ਨਹੀਂ ਕਹਿੰਦੀ ਵੀ ਆਹ ਬਹੁਤ ਬੈਡ ਟੇਸਟ ਕਰਦਾ ਬਟ ਕਿਉਂਕਿ ਇਹ 'ਚ ਲੈਮਨ ਆ ਨਾ ਸਵੇਰੇ ਸਵੇਰੇ ਯਾਰ ਖੱਟਾ ਜਿਹਾ ਮੇਰੇ ਤਾਂ ਸਾਰਾ ਦਿਨ ਜੀਭ 'ਤੇ ਦੰਦੀ ਵੱਢ ਹੋਈ ਜਾ ਬਈ
ਕਈ ਲੋਕ ਤਾਂ ਬਹੁਤ ਖੁਸ਼ ਹੋ ਕੇ ਪੀਂਦੇ ਆ ਪਰ ਮੇਰੇ ਅੰਦਰ ਬਹੁਤ ਔਖਾ ਜਾਂਦਾ ਵੀ ਹੋਪ ਕਿ ਤੁਹਾਨੂੰ ਸਾਡਾ ਇਹ ਦੋ ਦਿਨ ਦਾ ਛੋਟੂ ਜਿਹਾ ਵਲੌਗ ਸਾਡਾ ਦੋ ਦਿਨ ਦਾ ਇਹ ਛੋਟਾ ਜਿਹਾ ਵਲੌਗ ਪਸੰਦ ਆਇਆ ਹੋਊਗਾ ਜੇ ਤੁਸੀਂ ਥੋੜ੍ਹਾ ਜਿਹਾ ਵੀ ਇੰਜੋਏ ਕੀਤਾ ਇਹਨੂੰ ਦੇਖ ਕੇ ਪਲੀਜ਼ ਗਿਵ ਇਟ ਅ ਥੰਬਸ ਅਪ ਤੇ ਜੇ ਤੁਸੀਂ ਸਾਡੇ ਸਬਸਕ੍ਰਾਈਬ ਐਂਡ ਕਮੈਂਟ ਯੈਸ ਪਲੀਜ਼ ਤੇ ਜੇ ਤੁਸੀਂ ਸਾਡੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਆਈ ਹੋਪ ਕਿ ਤੁਹਾਨੂੰ ਸਾਡੀ ਵੀਡੀਓ ਪਸੰਦ ਆਊਗੀ ਥੈਂਕਸ ਫੋਰ ਵਾਚਿੰਗ ਫੋਰ ਗਿਵਿੰਗ ਯੋਰ ਟਾਈਮ ਇੱਕ ਮਿੰਟ ਦੁਬਾਰਾ ਕਿਉਂ ਵੀ ਹੋਪ ਕਿ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਏਗੀ ਤੇ ਡੂ ਸਬਸਕ੍ਰਾਈਬ ਆਰ ਚੈਨਲ ਹਾਏ ਮੇਰੀ ਬੰਦ ਖੁੜ ਲੱਗ ਗਈ ਉਹਨੂੰ ਫੜ ਕੇ ਬਾਈ ਪਤਾ ਨਹੀਂ ਹੈ ਸਾਰਾ ਦਿਨ ਇੱਦਾਂ ਫੜ ਫੜ ਕੇ ਕਿੱਦਾਂ ਵਲੌਗ ਬਣਾਉਂਦੀ ਹੈ ਅੱਗੇ ਦੀ ਹੁਣ ਇਹਨਾਂ ਕੋਲ ਹੀ ਜਾਊਗਾ ਹਾਏ ਇੱਧਰ ਲਈ ਬਾਅਦ ਤੋਂ ਫੜਨਾ ਪੈਣਾ ਮੈਨੂੰ ਓਏ ਹੋਏ ਇੰਨਾ ਵੀ ਔਖਾ ਕੰਮ ਨਹੀਂ ਸੀ ਇਹ ਸੱਚੀ ਬਾਂਹ ਦੁਖਣ ਲੱਗ ਗਈ ਮੇਰੀ ਮੇਰੀ ਬਾਂਹ ਨਾ ਪਹਿਲਾਂ ਹੀ ਦੁੱਖ ਰਹੀ ਸੀਗੀ ਦੋ ਤਿੰਨ ਦਿਨ ਤੋਂ ਇਹਨੇ ਮੈਨੂੰ ਫੋਨ ਫੜਾਤਾ ਹੁਣ ਮੇਰੀ ਹੋਰ ਬਾਂਹ ਦੁਖਣ ਲੱਗ ਗਈ ਆਲ ਬਿਕੋਜ਼ ਆਫ ਹਰ ਆਲ ਨੈਕਸਟ ਟਾਈਮ ਮੈਂ ਨਹੀਂ ਫੜ ਧਿਆਨ ਸੇ ਦੇਖੀਏ ਇਹ ਮਾਸੂਮ ਚਿਹਰਾ ਥੋੜੀ ਹੈ ਬਾਈ ਸਾਡੇ ਗੱਲਾਂ ਤਾਂ ਮੁੱਕਣੀਆਂ ਨਹੀਂ ਆਈਆਂ ਮਾਸੂਮ ਚਿਹਰਾ ਧਿਆਨ ਸੇ ਦੇਖੋ ਇਹ ਸ਼ੈਤਾਨ ਵਾਲਾ ਮਾਸੂਮ ਚਿਹਰਾ That was pathetic joke. ਚੰਗਾ ਬਾਏ ਬਈ ਸਾਡੀ ਇਸ ਗੱਲ ਤੇ ਕੋਈ ਨਾ ਹੱਸਿਓ ਚੁੱਪ ਕਰ ਜਾ ਹੁਣ ਮੈਨੂੰ ਬਾਏ ਕਰ ਲੈਂਦਾ ਕੋਈ ਵੀ ਨਾ ਹੱਸਿਓ ਸਾਡੀਆਂ ਗੱਲਾਂ ਨਹੀਂ ਮੁੱਕਣੀਆਂ ਚੁੱਪ ਕਰ ਜਾ ਚੁੱਪ ਨਹੀਂ ਕਰਦੇ ਅਸੀਂ ਅਸੀਂ ਚੁੱਪ ਕਰ ਜਾਂਦੇ ਆ ਸਾਡੀਆਂ ਗੱਲਾਂ ਐਂ ਚੱਲਦੀਆਂ ਰਹਿਣੀਆਂ ਅਸੀਂ ਸਾਰਾ ਦਿਨ ਐਂ ਐਂ ਕਰੀ ਜਾਣਾ ਬਸ ਚਲੋ ਠੀਕ ਹੈ ਜੀ ਬਾਏ ਫਿਰ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ 'ਚ ਬਾਏ ਬਾਏ